ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਕਰਦੇ ਆਪਣੇ ਚੈਨਲ 'ਤੇ। ਬੰਦਾ ਸਿੰਘ ਚੌਧਰੀ ਅਰਸ਼ਦ ਬਾਸੀ ਜੀ ਦੀ ਫਿਲਮ ਦਾ ਗਾਣਾ ਤੁਹਾਨੂੰ ਸੁਣਾਉਂਦੇ ਹਾਂ। ਇੰਨਾ ਸੋਹਣਾ ਜੁਬਿਨ ਨਟਾਲ ਜੀ ਦੀ ਆਵਾਜ਼ ਆ। ਜੁਬਿਨ ਨਟਾਲ ਜੀ ਨੂੰ ਨਮਸਤੇ ਮਹਾਰਾਜ, ਮੇਰੀ ਯੂਟਿਊਬ ਆਡੀਅੰਸ 2000 ਫੈਮਿਲੀ ਨੂੰ ਨਮਸਤੇ ਮਹਾਰਾਜ। ਸੁਣੋ ਗਾਣੇ ਪਹਿਲਾਂ ਟੱਪਾ। ਦਿਲ ਮਨ ਦਾ ਨੀ ਲੱਖ ਸਮਝਾਇਆ, ਹਾਏ ਸੋਹਣੀਏ। ਤਾਂ ਦੋਸਤੋ, ਪਹਿਲੇ ਟੱਪੇ ਵਿੱਚ ਅਰਸ਼ਦ ਬਾਸੀ ਜੀ ਆਪਣੀ ਭਾਬੀ ਸਿਮਰਨ ਜੀ ਨੂੰ ਕਹਿ ਰਹੇ ਨੇ ਕਿ ਇੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਦਿਲ ਮੰਨਦਾ ਨਹੀਂ ਲੱਖ ਸਮਝਾਇਆ, ਤੈਨੂੰ ਦੇਖੀ ਜਾਂਦਾ ਲੱਖ ਸਮਝਾਇਆ, ਤੈਨੂੰ ਬੁਲਾਈ ਜਾਂਦਾ ਲੱਖ ਸਮਝਾਇਆ, ਤੈਨੂੰ ਯਾਦ ਕਰੀ ਜਾਂਦਾ ਲੱਖ ਸਮਝਾਇਆ, ਤੈਨੂੰ ਬਿਨਾਂ ਨੀਂਦ ਨਹੀਂ ਆਉਂਦੀ ਲੱਖ ਸਮਝਾਇਆ। ਤਾਂ ਉਹ ਤੋਂ ਬਾਅਦ ਜੁਬਿਨ ਨਟਾਲ ਜੀ ਦੀ ਆਵਾਜ਼ 'ਚ ਤੁਸੀਂ ਦੂਜਾ ਟੱਪਾ ਵੀ ਸੁਣੀ ਲਓ ਯਾਰ ਗਾਣੇ, ਤੁਹਾਨੂੰ ਸੱਚ ਦੱਸੀਏ ਰਿਐਕਸ਼ਨ ਦੀਏ ਤਾਂ ਅਗਲੀ ਵੀਡੀਓ 'ਚ ਚੱਲੀਏ। ਸੁਣੋ ਤੇਰੀ ਕਾਲੀ ਜਬ ਜਬ ਉੜਦੀ ਹੈ ਹਵਾਏ, ਤੇਰੇ ਬਦਨ ਕੀ ਮਹਿਕ ਖੁਸ਼ਬੂ ਪਾਗਲ ਸਾ ਕਰ ਜਾਏ, ਤੇਰੇ ਦਿਲ ਕਾ ਹਾਲ ਮੈਂ ਸੁਣਾਵਾਂ, ਅੱਲਾ ਖੈਰ ਕਰੇ ਤੈਨੂੰ ਦਿਲ ਜਾਨੀ ਕਹਿ ਜਾਵਾਂ, ਇੰਨਾ ਸੋਹਣਾ ਤੈਨੂੰ ਇੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿ ਦਿਲ ਮੰਨਦਾ ਨਹੀਂ। ਤਾਂ ਦੋਸਤੋ, ਦੂਜੇ ਟੱਪੇ ਵਿੱਚ ਇੱਕੋ ਗੱਲ ਕਹੀ ਗਈ ਆ ਕਿ ਜ਼ੁਲਫ ਤੇਰੀ ਜੋ ਉੜਦੀ ਆ ਉਦੋਂ ਉੜਦੀ ਆ ਹਵਾਵਾਂ, ਤੇਰੇ ਬਦਨ ਦੀ ਜਿਹੜੀ ਖੁਸ਼ਬੂ ਆ ਉਹ ਮੈਨੂੰ ਪਾਗਲ ਦਿੰਦੀ ਆ ਕਰ, ਤੇਰੇ ਦਿਲ ਦਾ ਜਿਹੜਾ ਹਾਲ ਆ ਮੈਂ ਕਿਹਨੂੰ ਸੁਣਾਵਾਂ, ਅੱਲਾ ਖੈਰ ਕਰੇ। ਤਾਂ ਗੱਲਬਾਤ ਇਹੀ ਆ ਕਿ ਕੁੜੀ ਦੀ ਤਾਰੀਫ ਕੀਤੀ ਗਈ ਆ, ਅਤੇ ਕਵਾਲੀ ਜਿਹੜੀ ਹੈਗੀ ਆਪਣੀ ਨੁਸਰਤ ਫਤਿਹ ਅਲੀ ਖਾਨ ਜੀ ਨਮਸਤੇ ਮਹਾਰਾਜ, ਅਤੇ ਉਹਨਾਂ ਦੀ ਜਿਹੜੀ ਕਵਾਲੀ ਹੈਗੀ ਉਹਨੂੰ ਗਾਣੇ 'ਚ ਤਬਦੀਲ ਕੀਤਾ ਗਿਆ ਜਾਂ 4-5 ਜਗ੍ਹਾ ਕਿ ਮੇਰੇ ਖਿਆਲ 10 ਜਗ੍ਹਾ ਤੋਂ ਉੱਪਰ ਆਈ ਗਾ ਚੁੱਕੇ ਅਲੱਗ ਅਲੱਗ ਬੰਦੇ। ਪਰ ਜੁਬਿਨ ਨਟਾਲ ਜੀ ਨੇ ਆਪਣੀ ਵਾਚ ਨੂੰ ਗਾ ਕੇ ਇੱਕ ਇੱਦਾਂ ਦੀ ਮਿਸਾਲ ਪੇਸ਼ ਕਰ ਦਿੱਤੀ ਹੈ ਕਿ ਪੰਜਾਬੀ ਲੁੱਕ ਸਟਾਈਲ ਵਿੱਚ ਫਿਲਮ ਆਪਣੀ ਫਿਲਮ ਦਾ ਜਿਹੜਾ ਗਾਣਾ ਪੇਸ਼ ਕੀਤਾ ਗਿਆ ਆ। ਬਟ ਜਿਹੜੀ ਹੈਗੀ ਵੀਡੀਓ ਤੁਹਾਨੂੰ ਪਤਾ ਹੀ ਆ ਬੋਲੀਵੁੱਡ ਦੇ ਬੰਦੇ ਆ ਵਿੱਚ, ਬਾਕੀ ਕੋਈ ਚੱਕਰ ਨਹੀਂ ਚੈਨਲ 'ਤੇ ਜੇ ਨਵੇਂ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਕਹਿਣ ਇੰਨਾ ਸੋਹਣਾ ਤੁਹਾਨੂੰ ਰੱਬ ਨੇ ਬਣਾਇਆ, ਜੇਕਰ ਆਪਾਂ ਦੇਖਦੇ ਰਹੀਏ। ਹਾਂ ਹਾਂ।